गरीब परिवार मेरा घर मकान मेरे डिगन वाले बाथरूम डिगते टूगते फिरते हैं जी। सोचा किसी बन के गया ਨਾਲ ਸਾਡੇ ਭਰਤੀਆਂ 'ਚ ਗਰਾਊਂਡ ਐਕਸਰਸਾਈਜ਼ ਇਕੱਠੇ ਕਰਦੇ ਸੀਗੇ ਜੀ ਅਤੇ ਉਹ ਹੀ ਲਾਸਟ ਭਰਤੀ ਸੀ ਆਹ ਭਰਤੀ ਹੋਇਆ ਜੀ ਉਹ ਪਰ ਜਾਣੀ ਕਿ ਹੁਣ ਜੀ ਜਿਹੜਾ ਆਹ ਭਾਣਾ ਉਹ ਬਾਪ ਆਹ ਹਾਦਸਾ ਵਾਪਰਿਆ ਜੋ ਵੀ ਲਾਓ ਜੀ ਹੈ ਨਾ ਜੀ ਵੀ ਕਿਵੇਂ ਹੋਇਆ ਜੀ ਅਤੇ ਵੀ ਅੱਜ ਤੋਂ ਬਾਅਦ ਅਸੀਂ ਜੀ ਭਰਤੀ ਵੱਲ ਸਾਡੇ ਬਹੁਤ ਜਾਣੀ ਕਿ ਜੋ ਵੀ ਨੇ ਨਹੀਂ ਦੇਖਾਂਗੇ ਉਹਨੇ ਇਹ ਨਹੀਂ ਦੇਖਿਆ ਵੀ ਮੇਰੀਆਂ 6 ਭੈਣਾਂ ਨੇ ਵੀ ਮੇਰੇ ਤੋਂ ਇਲਾਵਾ ਮੇਰੇ ਮਾਂ ਬਾਪ ਦਾ ਭੈਣਾਂ ਭਾਈਆਂ ਦਾ ਕੋਈ ਨਹੀਂ ਨਾਲ ਹੀ ਸੀਗਾ ਭਰਤੀ ਦੇਖਣ ਗਿਆ ਬਹੁਤ ਵਧੀਆ ਵਿਚਾਰ ਸੀਗੀ ਉਹਦੇ ਬਹੁਤ ਮਿਹਨਤੀ ਸੀਗਾ ਦਿਹਾੜੀ ਕਰਦਾ ਸੀਗਾ ਜੀ ਮੇਰਾ ਵੀਰ ਸਾਨੂੰ ਇਹੀ ਸਮਝਾਉਂਦਾ ਸੀ ਕਿ ਬੇਈਮਾਨੀ ਨਹੀਂ ਚੱਲਦੀ ਮੇਰਾ ਵੀਰ ਆਰਮੀ ਨੂੰ ਰੱਬ ਮੰਨਦਾ ਸੀ ਸਤਿ ਸ਼੍ਰੀ ਅਕਾਲ ਮੈਂ ਹਾਂ ਪ੍ਰਕਾਸ਼ ਸ਼ਰਮਾ ਇਸ ਵੇਲੇ ਅਸੀਂ ਖੜ੍ਹੇ ਹਾਂ ਉਸ ਅਗਨੀਵੀਰ ਫੌਜੀ ਦੇ ਘਰ ਅਜੇ ਸਿੰਘ ਦੇ ਘਰ ਅਤੇ ਜਿਹੜਾ ਦੇਸ਼ ਦੇ ਲਈ ਸ਼ਹਾਦਤ ਦਾ ਜਾਮ ਪੀ ਗਿਆ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀ ਜੰਮੂ ਕਸ਼ਮੀਰ ਦੇ ਵਿੱਚ ਨਸਹਿਰਾ ਬਾਰਡਰ ਦੇ ਉੱਤੇ ਇੱਕ ਸੁਰੰਗ ਦੇ ਵਿੱਚ ਵਿਸਫੋਟ ਹੋਇਆ ਅਤੇ ਜਿਸ ਦੇ ਵਿੱਚ ਪੰਜਾਬ ਦਾ ਇਹ ਨੌਜਵਾਨ ਅਤੇ ਬੜੀ ਹੀ ਨਿੱਕੀ ਉਮਰ ਦਾ ਇਹ ਨੌਜਵਾਨ ਵੀਰ ਹੈ ਜਿਹੜਾ ਸ਼ਹਾਦਤ ਦਾ ਜਾਮ ਪੀ ਜਾਂਦਾ ਹੈ ਇਸ ਨਿੱਕੇ ਜਿਹੇ ਘਰ ਦੇ ਵਿੱਚੋਂ ਵੱਡੇ ਵੱਡੇ ਸੁਪਨੇ ਲੈ ਕੇ ਅਗਨੀਵੀਰ ਫੌਜ ਹੈ ਜਿਹੜੀ ਆਰਮੀ ਹੈ ਜਿਹੜੀ ਉਹ ਜੁਆਇਨ ਕੀਤੀ ਗਈ ਸੀ ਅਤੇ ਉਹ ਅਜੇ ਵੀਰ ਜਿਹਦੇ ਵਿੱਚ ਦੇਸ਼ ਦੇ ਲਈ ਦੇਸ਼ ਪ੍ਰੇਮ ਪੂਰਾ ਕੁੱਟ ਕੁੱਟ ਕੇ ਭਰਿਆ ਹੋਇਆ ਸੀ ਇਸ ਨਿੱਕੇ ਜਿਹੇ ਘਰ ਦੇ ਵਿੱਚੋਂ ਹੈ ਜਿਹੜਾ ਉਹ ਵੱਡੇ ਵੱਡੇ ਸੁਪਨੇ ਲੈ ਕੇ ਉਸ ਫੌਜ ਦੇ ਵਿੱਚ ਗਿਆ ਅਤੇ ਤੁਹਾਨੂੰ ਦਿਖਾ ਦਈਏ ਤਸਵੀਰਾਂ ਕਿ ਇਹ ਉਹ ਛੋਟਾ ਜਿਹਾ ਘਰ ਹੈ ਅਤੇ ਜਿਸ ਦੇ ਵਿੱਚ ਤਕਰੀਬਨ 4 ਫੈਮਿਲੀਆਂ ਨੇ ਜਿਹੜੀਆਂ ਉਹ ਆਪਣਾ ਗੁਜ਼ਾਰਾ ਕਰਦੀਆਂ ਨੇ ਅਤੇ ਇਸੇ ਫੈਮਿਲੀ ਦੇ ਵਿੱਚ ਖੇਡ ਕੇ ਬੜਾ ਹੋਇਆ ਬੜੇ ਬੜੇ ਸੁਪਨੇ ਦੇਖੇ ਆਪਣੇ ਪਰਿਵਾਰ ਦੀ ਗਰੀਬੀ ਨੂੰ ਹੈ ਜਿਹੜਾ ਦੂਰ ਕਰਨ ਦੇ ਲਈ ਉਸ ਅਗਨੀਵੀਰ ਫੌਜੀ ਨੇ ਸਹੁੰ ਖਾਧੀ ਸੀ ਵੀ ਮੈਂ ਆਪਣੇ ਪਰਿਵਾਰ ਦੀ ਜਿਹੜੀ ਗਰੀਬੀ ਹੈ ਉਹ ਦੂਰ ਕਰਕੇ ਹਟਾਂਗਾ 6 ਭੈਣਾਂ ਦਾ ਇਕਲੌਤਾ ਭਰਾ ਬੜੀਆਂ ਜ਼ਿੰਮੇਦਾਰੀਆਂ ਮੋਢਿਆਂ ਦੇ ਉੱਤੇ ਅਤੇ ਮਨ ਦੇ ਵਿੱਚ ਦਿਲ ਦੇ ਵਿੱਚ ਬਹੁਤ ਵੱਡੇ ਵੱਡੇ ਸੁਪਨੇ ਅਤੇ ਉਸ ਭੈਣ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਅਤੇ ਜਿਨ੍ਹਾਂ ਦੇ ਉੱਤੇ ਕਹਿ ਲਈਏ ਵੀ ਇਹ ਦੁੱਖਾਂ ਦਾ ਪਹਾੜ ਟੁੱਟਿਆ ਭੈਣ ਕੀ ਕਹਿਣਾ ਚਾਹੋਗੇ ਤੁਹਾਡਾ ਵੀਰ ਹੈ ਜਿਹੜਾ ਵੀ ਸ਼ਹਾਦਤ ਦਾ ਜਾਮ ਪੀਤਾ ਸਾਨੂੰ ਸਾਡੇ ਵੀਰ ਤੇ ਬਹੁਤ ਮਾਣ ਆ ਸਾਡੇ ਵੀਰ ਨੇ ਸਭ ਤੋਂ ਪਹਿਲਾਂ ਦੇਸ਼ ਨੂੰ ਚੁਣਿਆ ਉਹਨੇ ਇਹ ਨਹੀਂ ਦੇਖਿਆ ਵੀ ਮੇਰੀਆਂ 6 ਭੈਣਾਂ ਨੇ ਵੀ ਮੇਰੇ ਤੋਂ ਇਲਾਵਾ ਮੇਰੇ ਮਾਂ ਬਾਪ ਦਾ ਭੈਣਾਂ ਭਾਈਆਂ ਦਾ ਕੋਈ ਨਹੀਂ ਉਹਨੇ ਸਿਰਫ ਦੇਸ਼ ਨੂੰ ਚੁਣਿਆ ਉਹ ਕਹਿੰਦਾ ਮੈਂ ਆਰਮੀ ਦੀ ਨੌਕਰੀ ਹੀ ਕਰਨੀ ਆ ਚਾਹੇ ਮੈਂ ਬੁੱਢਾ ਹੋ ਜਾਂ ਮੈਂ ਆਪਣੀ ਮਿਹਨਤ ਨਹੀਂ ਛੱਡਣੀ ਚਾਹੇ ਦੁਨੀਆ ਇੱਧਰੋਂ ਉੱਧਰ ਹੋ ਜਾਵੇ ਮੈਂ ਆਰਮੀ ਦੀ ਵਰਦੀ ਪਾਉਣੀ ਆ ਤਾਂ ਪਾਉਣੀ ਆ ਉਹ ਵੀ ਆਪਦੀ ਮਿਹਨਤ 'ਤੇ ਪਾਉਣੀ ਆ ਮੰਮੀ ਆਰਮੀ 'ਚ ਰਿਸ਼ਵਤ ਨਹੀਂ ਚੱਲਦੀ ਮੰਮੀ ਆਰਮੀ 'ਚ ਮਿਹਨਤ ਚੱਲਦੀ ਆ ਕਹਿੰਦਾ ਸੀ ਮੰਮੀ ਆਰਮੀ 'ਚ ਮਿਹਨਤ ਚੱਲਦੀ ਆ ਆਰਮੀ 'ਚ ਰਿਸ਼ਵਤ ਨਹੀਂ ਚੱਲਦੀ ਉੱਥੇ ਨੋਟ ਨਹੀਂ ਚੱਲਦੇ ਉੱਥੇ ਮਿਹਨਤ ਚੱਲਦੀ ਆ ਉੱਥੇ ਬੰਦਿਆਂ ਦਾ ਹੁਨਰ ਚੱਲਦਾ ਆ ਮੇਰਾ ਵੀਰ ਸਾਨੂੰ ਇਹੀ ਸਮਝਾਉਂਦਾ ਸੀ ਕਿ ਬੇਈਮਾਨੀ ਨਹੀਂ ਚੱਲਦੀ ਮੇਰਾ ਵੀਰ ਆਰਮੀ ਨੂੰ ਰੱਬ ਮੰਨਦਾ ਸੀ ਮੇਰੇ ਵੀਰ ਨੇ ਆਰਮੀ ਨਾਲ ਵਿਆਹ ਕਰਾਇਆ ਮੇਰੇ ਵੀਰ ਨੇ ਆਰਮੀ ਨਾਲ ਵਿਆਹ ਕਰਾਇਆ ਲੋਕੋ ਮੇਰਾ ਵੀਰ ਮੋੜ ਲਿਆਓ ਮੇਰਾ ਵੀਰ ਮੋੜ ਲਿਆਓ ਮੇਰਾ ਸੋਹਣਾ ਵੀਰ ਮੋੜ ਲਿਆਓ ਉਹਨੂੰ ਪਤਾ ਸੀ ਉਹ ਸਾਡਾ ਕਿੰਨਾ ਲਾਡ ਲਾਇਆ ਸੀ ਤਾਂ ਉਹਨੂੰ ਕਦੇ ਅੱਖਾਂ ਤੋਂ ਪਰੇ ਨਹੀਂ ਕਦੇ ਉਹਨੂੰ ਅਸੀਂ ਰਿਸ਼ਤੇਦਾਰੀ 'ਚ ਨਹੀਂ ਜਾਣ ਦਿੱਤਾ ਕਦੇ ਉਹਨੂੰ ਮੋੜਾਂ 'ਤੇ ਨਹੀਂ ਬੈਠਣ ਦਿੱਤਾ ਬਸ ਜੇ ਉਹਨੇ ਕਹਿਣਾ ਮੈਂ ਪਟਿਆਲੇ ਪੜ੍ਹਨ ਚੱਲਾਂ ਠੀਕ ਆ ਜੇ ਚੱਲ ਜਾ ਪੇਪਰ ਲੀਕ ਹੋ ਗਿਆ ਮੇਰਾ ਪੇਪਰ ਕੈਂਸਲ ਹੋ ਗਿਆ ਅਜੇ ਘਰੇ ਹੀ ਆ ਜਾ ਜਿੱਦਣੇ ਉਹਦਾ ਰਿਜ਼ਲਟ ਆਉਣਾ ਸੀ ਮੈਂ ਕਿਹਾ ਮੰਮੀ ਅਜੇ ਇਹਨੂੰ ਕਹਿ ਦੇ ਘਰੇ ਆਜੂਗਾ ਅੱਜ ਉਹਦੇ ਪੇਪਰ ਦਾ ਰਿਜ਼ਲਟ ਆਉਣਾ ਮੈਂ ਕਿਹਾ ਰੱਬ ਨਾ ਕਰੇ ਕੋਈ 19-21 ਗੱਲ ਹੋ ਜਾਵੇ ਮੈਂ ਕਿਹਾ ਉਹਦੀ ਮਿਹਨਤ ਦਾ ਮੁੱਲ ਜੇ ਨਾ ਪਿਆ ਜੇ ਉਹਨੇ ਕੁਛ ਕਰ ਲਿਆ ਫਿਰ ਆਪਾਂ ਕੀ ਕਰਾਂਗੇ ਮੰਮੀ ਕਹਿੰਦੀ ਨਹੀਂ
ਕਹਿੰਦਾ ਮੰਮੀ ਤੁਸੀਂ ਮੈਨੂੰ ਇੰਨਾ ਕਮਜ਼ੋਰ ਨਾ ਸਮਝੋ, ਮੇਰਾ ਦਿਲ ਬਹੁਤ ਵੱਡਾ ਆ। ਕਹਿੰਦਾ ਮੈਂ ਪੇਪਰ ਦਾ ਰਿਜ਼ਲਟ ਲੈ ਕੇ ਘਰੇ ਆਊਂਗਾ, ਆਰਮੀ ਦੀ ਨੌਕਰੀ ਲੈ ਕੇ ਘਰੇ ਆਊਂਗਾ, ਤੇਰਾ ਪੁੱਤ ਪਾਸ ਹੋ ਕੇ ਘਰੇ ਆਊਗਾ, ਤੈਨੂੰ ਵਧਾਈਆਂ ਦਊਗਾ ਆ ਕੇ ਵੀ ਤੇਰਾ ਪੁੱਤ ਅੱਜ ਆਰਮੀ 'ਚ ਸਿਲੈਕਟ ਹੋ ਗਿਆ। ਉਨਾ ਚਿਰ ਉਹ ਘਰੇ ਨਹੀਂ ਵੜਿਆ ਜਿੰਨਾ ਚਿਰ ਪੇਪਰ ਦਾ ਰਿਜ਼ਲਟ ਨਹੀਂ ਆਇਆ। ਜਿੱਦਣੇ ਰਿਜ਼ਲਟ ਆਇਆ ਦੂਜੇ ਦਿਨ ਘਰੇ ਵੜਿਆ, ਕਹਿੰਦਾ ਮੰਮੀ ਤੇਰਾ ਪੁੱਤ ਕਾਮਯਾਬ ਹੋ ਗਿਆ, ਤੇਰਾ ਠੇਡੇ ਖਾਂਦਾ ਖਾਂਦਾ ਪੁੱਤ ਕਾਮਯਾਬ ਹੋ ਗਿਆ। ਉਹ ਸੋਹਣਿਆ ਇਹ ਜੀ ਕਾਮਯਾਬੀ ਨਹੀਂ ਚਾਹੀਦੀ ਸਾਨੂੰ, ਸੋਹਣਿਆ ਤੂੰ ਚਾਹੀਦਾ, ਤੈਨੂੰ ਪਤਾ ਕਿੱਦਾਂ ਦਾ ਸੀ ਅਜੀਤ ਸਿੰਘ ਦਾ? ਨਹੀਂ ਮੇਰਾ ਭਰਾ ਤਾਂ ਸਾਰੀ ਦੁਨੀਆਂ ਨੂੰ ਪੁੱਛ ਲਓ ਨੀ, ਲੋਕ ਕਹਿੰਦੇ ਸੀ ਅਸੀਂ ਆਪਦੇ ਘਰੇ ਲੈ ਜਾਈਏ, ਅਸੀਂ ਆਪਦੇ ਘਰੇ ਲੈ ਜਾਈਏ, ਉਹਨੂੰ ਮੇਰਾ ਭਰਾ ਇੱਦਾਂ ਦਾ ਸੀ ਨੀ। ਮੇਰਾ ਭਰਾ ਤਾਂ ਸਾਰਿਆਂ ਦੇ ਦਿਲਾਂ 'ਚ ਵੜਦਾ ਸੀ, ਸਾਰਿਆਂ ਦੇ ਦਿਲਾਂ 'ਚ, ਸਾਰਿਆਂ ਨੂੰ ਹੱਸ ਕੇ ਬੁਲਾਉਂਦਾ ਸੀ, ਬੱਚਿਆਂ ਨੂੰ ਬੁੜਿਆਂ ਨੂੰ ਸਾਰਿਆਂ ਨੂੰ ਹੱਸ ਕੇ ਬੁਲਾਉਂਦਾ ਸੀ। ਭਾਵੇਂ ਉਹ ਇਕੱਲਾ ਸੀ, ਬਾਹਰ ਉਹਨੇ ਹਜ਼ਾਰ ਭਰਾ ਬਣਾਏ ਹੋਏ ਸੀ, ਭਾਵੇਂ ਇਸ ਘਰ 'ਚ ਇਕੱਲਾ ਜੰਮਿਆ ਸੀ, ਬਾਹਰ ਉਹਨੇ ਹਜ਼ਾਰ ਭਰਾ ਬਣਾਏ ਹੋਏ ਸੀ, ਜਿਹੜੇ ਉਹਨੂੰ ਸਕਿਆਂ ਨਾਲੋਂ ਵੀ ਵੱਧ ਪਿਆਰੇ ਸੀ। ਬਾਹਰ ਉਹਦੇ ਹਜ਼ਾਰ ਭਰਾ ਸੀ ਜਿਹੜੇ ਉਹਨੂੰ ਸਕਿਆਂ ਤੋਂ ਵੱਧ ਪਿਆਰੇ ਸੀ, ਜਿਨ੍ਹਾਂ ਦੇ ਇੱਕ ਬੋਲ 'ਤੇ ਉਹ ਅੱਧੀ ਰਾਤ ਨੂੰ ਵੀ ਉੱਠ ਕੇ ਭੱਜ ਜਾਂਦਾ ਸੀ, ਅੱਧੀ ਰਾਤ ਨੂੰ ਵੀ ਉੱਠ ਕੇ ਭੱਜ ਜਾਂਦਾ ਸੀ। ਘਰ ਦੀ ਗਰੀਬੀ ਨੂੰ ਦੂਰ ਕਰਨ ਦੀਆਂ ਗੱਲਾਂ ਹੁੰਦੀਆਂ ਸੀ ਸੁਣਨ ਦੇ ਵਿੱਚ ਆਇਆ, ਤੇ ਬੜੀ ਜ਼ਿੰਮੇਵਾਰੀ ਸੀ ਕਹਿੰਦੇ ਮੋਢਿਆਂ ਤੇ। ਮੇਰੇ ਭਰਾ ਨੇ ਕਿਹਾ ਸੀ ਮੰਮੀ ਤੂੰ ਟੈਨਸ਼ਨ ਨਾ ਲੈ, ਮੈਂ ਤੇਰੇ ਦਿਨ ਬਦਲੂੰਗਾ। ਮੇਰੇ ਭਰਾ ਨੇ ਸਾਨੂੰ ਦੇਖਿਆ ਸੀ ਵੀ ਅਸੀਂ ਕਿਵੇਂ ਧੱਕੇ ਖਾ ਖਾ ਕੇ, ਕਿਵੇਂ ਨੌਕਰੀਆਂ ਕੀਤੀਆਂ ਨੇ, ਕਿਵੇਂ ਦਿਹਾੜੀਆਂ ਕੀਤੀਆਂ ਮੇਰੀ ਮਾਂ ਨੇ, ਲੋਕਾਂ ਦੇ ਜੂਠੇ ਭਾਂਡੇ ਮਾਂਜੇ, ਲੋਕਾਂ ਦਾ ਗੋਹਾ ਕੂੜਾ ਕੀਤਾ, ਲੋਕਾਂ ਦੇ ਘਰਾਂ 'ਚ ਕੰਮ ਕੀਤਾ, ਉਹਨੇ ਦੇਖਿਆ ਸੀ। ਉਹ ਕਹਿੰਦਾ ਸੀ ਮੰਮੀ ਤੈਨੂੰ ਇੱਕ ਦਿਨ ਰਾਣੀ ਬਣਾਊਂਗਾ, ਤੈਨੂੰ ਮਹਿਲ ਬਣਾ ਕੇ ਦਊਂਗਾ ਆਪਣੇ ਬਲਬੂਤੇ 'ਤੇ, ਤੇਰਾ ਪੁੱਤ ਤੈਨੂੰ ਮਹਿਲ ਖੜ੍ਹੇ ਕਰਕੇ ਦਊਗਾ ਮਿਹਨਤ ਦੀ ਕਮਾਈ ਨਾ। ਕਹਿੰਦਾ ਦੁਨੀਆ ਖੜ ਕੇ ਦੇਖੂਗੀ ਵੀ ਇਹ ਨਸੀਬ ਚੰਦ ਠੇਕੇਦਾਰ ਦਾ ਪੋਤਾ ਆ, ਮੇਰੇ ਦਾਦੇ ਨੇ ਵੀ ਬਹੁਤ ਕੁਛ ਬਣਾਇਆ ਸੀ, ਮੇਰੇ ਦਾਦੇ ਨੇ ਸਾਰੀ ਜ਼ਮੀਨ ਜਾਇਦਾਦ ਬਣਾਈ ਸੀ, ਉਹਦੇ ਪੁੱਤ ਮਾੜੇ ਨਿਕਲ ਗਏ, ਉਹਨਾਂ ਨੇ ਵੇਚਤੀ। ਮੇਰਾ ਭਰਾ ਕਹਿੰਦਾ ਮੈਂ ਨਾਂ ਰੌਸ਼ਨ ਕਰੂੰ ਮੇਰੇ ਦਾਦੇ ਦਾ ਹੁਣ। ਮੇਰਾ ਭਰਾ ਕਹਿੰਦਾ ਸੀ ਮੈਂ ਮੇਰੇ ਦਾਦੇ ਦਾ ਨਾਂ ਰੌਸ਼ਨ ਕਰੂੰ। ਇਹ ਜਿਹੜੀ ਦੁਨੀਆ ਟੀਚਰਾਂ ਕਰਦੀ ਸੀ ਨਾ ਮੇਰੇ ਮਾਪਿਆਂ ਨੂੰ, ਮੇਰਾ ਭਰਾ ਕਹਿੰਦਾ ਸੀ ਮੈਂ ਸਾਰਿਆਂ ਦੇ ਮੂੰਹ ਬੰਦ ਕਰੂੰਗਾ, ਤੁਸੀਂ ਫਿਕਰ ਨਾ ਕਰੋ, ਜਿਹੜੇ ਲੋਕ ਤੁਹਾਨੂੰ ਟੀਚਰਾਂ ਕਰਦੇ ਆ ਸ਼ਰਾਬੀ ਕਬਾਬੀ ਕਹਿੰਦੇ ਆ ਉਹਨਾਂ ਦੇ ਮੂੰਹ ਮੈਂ ਬੰਦ ਕਰੂੰ। ਉਹਨੇ ਸਾਰਿਆਂ ਦੇ ਮੂੰਹ ਬੰਦ ਕੀਤੇ ਸੀ ਵੀ ਲੈ ਸ਼ਰਾਬੀਆਂ ਦਾ ਹੀ ਸੂਰਮਾ ਪੈਦਾ ਹੋ ਗਿਆ, ਸ਼ਰਾਬੀਆਂ ਦਾ ਹੀ ਸੂਰਮਾ ਪੈਦਾ ਹੋ ਗਿਆ, ਅਸੀਂ ਤਾਂ ਇਨਸਾਫ ਹੀ ਚਾਹੁੰਦੇ ਹਾਂ, ਸਾਨੂੰ ਸਾਡਾ ਭਰਾ ਹੀ ਮੋੜ ਦਿਓ, ਸਾਡਾ ਭਰਾ ਹੀ ਮੋੜ ਦਿਓ, ਸਾਨੂੰ ਕੀ ਚਾਹੀਦਾ ਹੋਰ ਸਾਡੇ ਲਈ? ਸਰਕਾਰ ਨੂੰ ਕੀ ਕਹਿਣਾ ਚਾਹੋਗੇ? ਅਸੀਂ ਸਰਕਾਰ ਨੂੰ ਇਹੀ ਕਹਿੰਦੇ ਹਾਂ, ਸਾਡੀ ਤਾਂ ਬੁਢਾਪੇ ਦੀ ਮਾਂ ਬਾਪ ਦੀ ਲਾਠੀ ਸੀ ਟੁੱਟ ਗਈ, ਸਾਡਾ ਹੁਣ ਕੋਈ ਸਹਾਰਾ ਨਹੀਂ, ਸਾਡੇ ਅਸੀਂ ਤਾਂ ਗਹਿਣਾ ਗੱਟਾ ਰੱਖ ਕੇ ਉਹਨੂੰ ਪੜ੍ਹਾਇਆ ਸੀ, ਹਜੇ ਤੱਕ ਤਾਂ ਅਸੀਂ ਉਹ ਹੀ ਛਡਾਉਂਦੇ ਫਿਰਦੇ ਹਾਂ, ਸਾਡੇ ਕੋਲ ਤਾਂ ਪੰਜੀ ਵੀ ਨਹੀਂ ਹੈਗੀ, ਅਸੀਂ ਕੀ ਕਰੀਏ। ਓਏ ਅਜੇ ਤੂੰ ਹਜੇ ਸਾਡੀਆਂ ਕਿੰਨੀਆਂ ਰੀਝਾਂ ਪੂਰੀਆਂ ਕਰਨੀਆਂ ਸੀ ਕਿਤੇ ਨਾ ਕਿਤੇ, ਅਤੇ ਬੜਾ ਦੁੱਖ ਦਰਦ ਅੱਖਾਂ ਦੇ ਰਾਹੀਂ ਛਲਕ ਰਿਹਾ ਹੈ। ਅਤੇ ਇਹ ਆ ਉਹ ਨਿੱਕਾ ਜਿਹਾ ਮਕਾਨ ਜਿਸ ਦੇ ਵਿੱਚ ਅਜੇ ਸਿੰਘ ਹੈ ਜਿਹੜਾ ਖੇਡਦਾ ਹੋਇਆ ਵੱਡਾ ਹੋਇਆ ਇਹਨਾਂ 6 ਭੈਣਾਂ ਦੇ ਵਿਚਕਾਰ, ਅਤੇ ਇਹਨਾਂ 6 ਭੈਣਾਂ ਦਾ ਇਕਲੌਤਾ ਭਰਾ ਸੀ। ਅਤੇ ਪਰਿਵਾਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਮਾਹੌਲ ਇਸ ਵੇਲੇ ਪੂਰਾ ਗਮਗੀਨ ਹੋਇਆ ਪਿਆ ਹੈ। ਅਤੇ ਅਜੇ ਸਿੰਘ ਨੂੰ ਯਾਦ ਕਰਦਿਆਂ ਹੋਇਆਂ ਹਰ ਇੱਕ ਪਰਿਵਾਰਕ ਮੈਂਬਰ ਦੀਆਂ ਅੱਖਾਂ ਦੇ ਵਿੱਚੋਂ ਅੱਥਰੂ ਛਲਕ ਰਹੇ ਨੇ। ਅਤੇ ਹੋਰ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਸਾਡੇ ਨਾਲ ਕੁਝ ਪਿੰਡ ਵਾਸੀ ਮੌਜੂਦ ਨੇ, ਅਤੇ ਹਰ ਇੱਕ ਦੀਆਂ ਅੱਖਾਂ ਦੇ ਵਿੱਚ ਜਿਹੜੇ ਉਹ ਇਸ ਵੇਲੇ ਅੱਥਰੂ ਜਿਹੜੇ ਵਹਿ ਰਹੇ ਨੇ, ਅਤੇ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ। ਸਾਡੇ ਨਾਲ ਕੁਝ ਨੌਜਵਾਨ ਵੀਰ ਨੇ। ਵੀਰ ਕੀ ਨਾਮ ਹੈ ਜੀ ਆਪਣਾ? ਮੇਰਾ ਨਾਮ ਜੀ ਸਲਮਾਨ ਖਾਨ ਹੈ ਜੀ। ਸਲਮਾਨ ਖਾਨ, ਤੁਹਾਡੇ ਪਿੰਡ ਦਾ ਇੱਕ ਤੁਹਾਡੀ ਹੀ ਉਮਰ ਦਾ ਕਹਿ ਲਈਏ ਇੱਕ ਫੌਜੀ ਵੀਰ ਹੈ ਜਿਹੜਾ ਸਰਹੱਦ ਦੇ ਉੱਤੇ ਸ਼ਹੀਦ ਹੋਇਆ ਹੈ, ਅਤੇ ਕੀ ਕਹਿਣਾ ਚਾਹੋਗੇ ਉਸ ਤੋਂ? ਬਹੁਤ ਬਹੁਤ ਦੁੱਖ ਹੈ ਜੀ ਸਾਨੂੰ ਇਸ ਗੱਲ ਦਾ, ਅਤੇ ਮਾਣ ਵੀ ਮਹਿਸੂਸ ਆ ਅਤੇ ਦੁੱਖ ਵੀ ਬਹੁਤ ਹੈ ਜੀ।
ਹਾਂਜੀ ਅਤੇ ਜੀ ਆਪਣੇ ਨਾਲ ਸਾਡੇ ਭਰਤੀਆਂ ਦੇ ਗਰਾਊਂਡ ਐਕਸਰਸਾਈਜ਼ ਇਕੱਠੇ ਕਰਦੇ ਸੀਗੇ ਜੀ ਅਤੇ ਉਹ ਵੀ ਲਾਸਟ ਭਰਤੀ ਸੀ ਆਹ ਭਰਤੀ ਹੋਇਆ ਜੀ ਉਹ ਪਰ ਜਾਣੀ ਕਿ ਹੁਣ ਜੀ ਜਿਹੜਾ ਆਹ ਭਾਣਾ ਉਹ ਬਾਪ ਆਹ ਹਾਦਸਾ ਵਾਪਰਿਆ ਜੋ ਵੀ ਲਾਓ ਜੀ ਹੈ ਨਾ ਜੀ ਵੀ ਕਿਵੇਂ ਹੋਇਆ ਜੀ ਅਤੇ ਵੀ ਅੱਜ ਤੋਂ ਬਾਅਦ ਅਸੀਂ ਜੀ ਭਰਤੀ ਵੱਲ ਸਾਡੇ ਬਹੁਤ ਜਾਣੀ ਕਿ ਜੋ ਵੀ ਨੇ ਨਹੀਂ ਦੇਖਾਂਗੇ ਕਦੇ ਵੀ ਕਾਰਨ ਕੀ ਹੈ ਕਿਉਂਕਿ ਦੇਖਿਆ ਜਾਵੇ ਅਗਦੀਵੀਰ ਦਾ ਆਰਮੀ ਦਾ ਜਿਹੜਾ ਇੱਕ ਕਾਰਜਕਾਲ ਹੈ ਉਹ ਬਹੁਤ ਨਿੱਕਾ ਹੈ ਕਿਉਂਕਿ ਉਸ ਤੋਂ ਬਾਅਦ ਮਤਲਬ ਮੰਨ ਕੇ ਚੱਲੋ ਤੁਹਾਡੇ ਵਰਗੇ ਜਿਹੜੇ ਯੂਥ ਹੈ ਯੰਗ ਜਨਰੇਸ਼ਨ ਹੈ ਉਸ ਤੋਂ ਬਾਅਦ ਉਹ ਕੁਝ ਕਰਨ ਦੇ ਲਾਇਕ ਵੀ ਨਹੀਂ ਕਿਉਂਕਿ ਉੱਧਰ ਵੀ ਉਮਰ ਨਿਕਲ ਗਈ ਉਹਨਾਂ ਦੀ ਅਤੇ ਮਤਲਬ ਇੱਧਰ ਵੀ ਉਹ ਸਮਾਂ ਬਤੀਤ ਹੋ ਗਿਆ ਇੱਕ ਸੈਲਰੀ ਪੈਕੇਜ ਬਹੁਤ ਘੱਟ ਹੈ ਅਤੇ ਬਾਅਦ ਦੇ ਵਿੱਚ ਕੋਈ ਸੁਣਵਾਈ ਵੀ ਨਹੀਂ ਹਾਂਜੀ ਇਹ ਜਿਹੜਾ ਆਹ 3-4 ਸਾਲ ਹੀ ਅਗਨੀਵੀਰ ਵਾਲੀ ਕੀਤੀ ਹੈ ਬਹੁਤ ਗਲਤ ਕੀਤਾ ਜੀ ਇਹ ਇਹਦੇ ਕਰਕੇ ਜੀ ਬਹੁਤ ਜ਼ਿਆਦਾ ਘੱਟ ਗਏ ਅਤੇ ਮਾੜਾ ਪ੍ਰਭਾਵ ਪੈ ਰਿਹਾ ਜੀ ਕਿਸੇ ਦਾ ਦਿਲ ਨਹੀਂ ਕਰਦਾ ਜੀ ਹੁਣ ਜਾਣ ਨੂੰ ਜੀ ਉਹਦੇ ਜਦ ਕੋਈ ਸੁਣਵਾਈ ਨਹੀਂ ਅਤੇ ਜੀ ਕੋਈ ਉਹ ਨਹੀਂ ਹੈਗਾ ਇਹਦੇ ਵਿੱਚ ਜੀ ਨਾ ਕੋਈ ਸ਼ਹੀਦੀ ਦਰਜ ਹੈ ਜੀ ਇਹਦੇ ਵਿੱਚ ਜੀ ਹਾਂਜੀ ਕੁਰਬਾਨੀ ਵੀ ਆ ਅਤੇ ਜੀ ਬਾਰਡਰ ਘਰ ਛੱਡ ਕੇ 6 ਭੈਣਾਂ ਦਾ ਇਕੱਲਾ ਭਰਾ ਸੀਗਾ ਜੀ ਉੱਥੇ ਡਿਊਟੀ ਕਰਦਾ ਸੀਗਾ ਜੀ ਅਤੇ ਇਹਦੇ ਬਹੁਤ ਜ਼ਿਆਦਾ ਮਾੜਾ ਦੁੱਖ ਆ ਜੀ ਬਹੁਤ ਜ਼ਿਆਦਾ ਮੈਂ ਦੁੱਖ ਵੀ ਮਹਿਸੂਸ ਆ ਅਤੇ ਜੀ ਆਪਾਂ ਨੂੰ ਮਾਣ ਵੀ ਮਹਿਸੂਸ ਹੈਗਾ ਵੀ ਐਡੀ ਵੱਡੀ ਉਹ ਕੀਤਾ ਜੀ ਕੁਰਬਾਨੀ ਕਿਤੇ ਨਾ ਕਿਤੇ ਸਰਕਾਰਾਂ ਦੇ ਲਈ ਪੰਜਾਬ ਦੇ ਨੌਜਵਾਨ ਨੇ ਜਿਹੜੇ ਉਹ ਸ਼ਹਾਦਤਾਂ ਦੇਣ ਦੇ ਲਈ ਉਹਨਾਂ ਨੂੰ ਬਾਰਡਰਾਂ ਦੇ ਉੱਤੇ ਲਾ ਦਿੱਤਾ ਖਾਸ ਕਰ ਪੰਜਾਬੀਆਂ ਨੂੰ ਲੱਗਦਾ ਨਹੀਂ ਵੀ ਪੰਜਾਬੀਆਂ ਦੇ ਨਾਲ ਇੱਕ ਮਤਰੇਈ ਮਾਂ ਵਾਲਾ ਜਿਹੜਾ ਵਿਵਹਾਰ ਕੀਤਾ ਜਾ ਰਿਹਾ ਉਹਨਾਂ ਦੇ ਨਾਲ ਉੱਦਾਂ ਦਾ ਟ੍ਰੀਟ ਕੀਤਾ ਜਾ ਰਿਹਾ ਕਿਉਂਕਿ ਪੰਜਾਬ ਦੇ ਨੌਜਵਾਨ ਨੇ ਜਿਹੜੇ ਉਹ ਸਭ ਤੋਂ ਵੱਧ ਜਜ਼ਬੇ ਵਾਲੇ ਮੰਨੇ ਜਾਂਦੇ ਨੇ ਅਤੇ ਅਗਨੀਵੀਰ ਆਰਮੀ ਦੇ ਵਿੱਚ ਫਿਰ ਇਹ ਭੇਦਭਾਵ ਕਿਉਂ ਕੀਤਾ ਜਾਂਦਾ ਧੱਕਾ ਹੋ ਰਿਹਾ ਜੀ ਸਹੂਲਤ ਵੀ ਨਹੀਂ ਮਿਲਦੀ ਹੈਗੀ ਪੂਰੀ ਆਪਾਂ ਨੂੰ ਅਤੇ ਨਾ ਹੀ ਆਪਣੇ ਮਤਲਬ ਸਾਡੇ ਨਾਲ ਹੀ ਸੀਗਾ ਭਰਤੀ ਦੇਖਣ ਗਿਆ ਬਹੁਤ ਵਧੀਆ ਵਿਚਾਰ ਸੀਗੀ ਉਹਦੇ ਬਹੁਤ ਮਿਹਨਤੀ ਸੀਗਾ ਦਿਹਾੜੀ ਕਰਦਾ ਸੀਗਾ ਜੀ ਅਤੇ ਆਪਣੇ ਬਹੁਤ ਵਧੀਆ ਸੀਗਾ ਜੀ ਬਹੁਤ ਮਾੜਾ ਹੋਇਆ ਜੀ ਸੁਭਾਅ ਕਿੱਦਾਂ ਦਾ ਸੀ ਬਹੁਤ ਵਧੀਆ ਸੀਗਾ ਜੀ ਸਾਰਿਆਂ ਨਾਲ ਹੱਸ ਮਿਲ ਕੇ ਰਹਿੰਦਾ ਸੀਗਾ ਜੀ ਅੱਛਾ ਇਸ ਵਾਰੀ ਛੁੱਟੀ ਕੱਟਣ ਆਇਆ ਸੀ ਵੀਰ ਅਤੇ ਕੀ ਕੁਝ ਗੱਲਾਂ ਦੱਸ ਰਿਹਾ ਸੀ ਆਰਮੀ ਦੇ ਵਿੱਚ ਸੁਣਿਆ ਵੀ ਬਹੁਤ ਪ੍ਰੇਰਿਤ ਕਰ ਰਿਹਾ ਸੀ ਨੌਜਵਾਨਾਂ ਨੂੰ ਵੀ ਭਰਤੀ ਹੋਣ ਦੇ ਲਈ ਹਾਂ ਛੁੱਟੀ ਆਇਆ ਬੰਦਾ ਵਧੀਆ ਸੀਗਾ ਜੀ ਤੈਨੂੰ ਮਿਲਦਾ ਰਹੇ ਗਰਾਊਂਡ ਜਾਣ ਮੈਂ ਦੱਸ ਦਿੰਦਾ ਵੀ ਮਿਹਨਤ ਐਂ ਕਰੋ ਅਤੇ ਟ੍ਰੇਨਿੰਗ ਮੁੰਡਿਆਂ ਨਾਲ ਧੱਕਾ ਹੋ ਜਾ ਰਿਹਾ ਜੀ ਮੇਰੀ ਵੀ ਆਰਮੀ ਸਿਲੈਕਸ਼ਨ ਸੀਗੀ ਜੀ ਪਹਿਲਾਂ ਅਤੇ ਮੋਦੀ ਨੇ ਪੇਪਰ ਰੱਦ ਕਰਤਾ ਸੀ ਹਾਂ ਦੂਜੀ ਵਾਰ ਫੇਸ ਸਿਲੈਕਸ਼ਨ ਵੀ ਮੁੰਡਿਆਂ ਦੇ ਮੈਡੀਕਲ ਨੂੰ ਧੱਕਾ ਅਗਨੀਵੀਰ ਜਿਹੜੇ ਮੈਡੀਕਲ ਰਹਿੰਦਾ ਸੀ ਉਹਨਾਂ ਮੁੰਡਿਆਂ ਨਾਲ ਬਹੁਤ ਧੱਕਾ ਹੋ ਰਿਹਾ ਜੀ 80 ਚੋਂ 3-3 ਫਿੱਟ ਕਰ ਰਹੇ ਬਾਕੀ ਜੀ 75-75 ਮੁੰਡਿਆਂ ਨੂੰ ਫਿੱਟ ਕਰਤੇ ਜੀ ਕਿਉਂ ਲੱਗਦਾ ਵੀ ਇਹ ਭੇਦਭਾਵ ਹੋ ਰਿਹਾ ਖਾਸ ਕਰ ਪੰਜਾਬੀ ਨੌਜਵਾਨਾਂ ਨਾਲ ਇਹ ਜੀ ਹੁਣ ਅਗਨੀਵੀਰ ਸਕੀਮ ਬਹੁਤ ਗਲਤ ਲਾਈ ਜੀ ਇਹਨਾਂ ਨੇ ਪਹਿਲਾਂ ਮੁੰਡੇ ਸੀਗੇ ਜੀ ਮੁੰਡੇ ਫਿੱਟ ਹੋਈ ਜਾ ਰਹੇ ਸੀ ਲਗਾਤਾਰ ਅਤੇ ਫਿਰ ਇਹਨਾਂ ਨੇ ਜੀ ਅਗਨੀਵੀਰ ਸਕੀਮ ਮੋਦੀ ਨੇ ਅਗਨੀਵੀਰ ਸਕੀਮ ਸ਼ੁਰੂ ਕਰਤੀ ਜੀ ਅਤੇ ਜਿਹਦੇ ਕਰਕੇ ਮਾੜਾ ਪ੍ਰਭਾਵ ਪੈ ਰਿਹਾ ਜੀ ਪਹਿਲੀ ਵਾਰ ਕੋਈ ਮੁੰਡਾ ਸ਼ਹੀਦ ਹੋਇਆ ਜੀ ਅਗਨੀਵੀਰ ਦਾ ਜੀ 6 ਭੈਣਾਂ ਦਾ ਗੱਲ ਉੱਤਾ ਭਰਾ ਸੀ ਵਿਚਾਰੀਆਂ ਭੈਣਾਂ ਦੇਖੀ ਨਹੀਂ ਜਾ ਰਹੀਆਂ ਜੀ ਨਾ ਵਿਚਾਰੇ ਦਾ ਡੈਡੀ ਦੇਖਿਆ ਜਾ ਰਿਹਾ ਬਹੁਤ ਬੁਰਾ ਹਾਲ ਹੋ ਰਿਹਾ ਜੀ ਅੰਦਰ ਹੀ ਕਿਤੇ ਨਾ ਕਿਤੇ ਨੌਜਵਾਨਾਂ ਦੇ ਵਿੱਚ ਉਹ ਜਿਹੜਾ ਇੱਕ ਕਹਿ ਲਈਏ ਵੀ ਨੈਗੇਟਿਵ ਪੁਆਇੰਟ ਜਿਹੜਾ ਉਹ ਘਰ ਕਰਦਾ ਜਾ ਰਿਹਾ ਵੀ ਅਗਨੀਵੀਰ ਜਿਹੜੀ ਆਰਮੀ ਆ ਉਹ ਜੁਆਇਨ ਨਹੀਂ ਕਰਨੀ ਅਤੇ ਹੋਰ ਪਿੰਡ ਦੇ ਸਾਡੇ ਨਾਲ ਸਾਬਕਾ ਫੌਜੀ ਵੀ ਮੌਜੂਦ ਨੇ ਅਤੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਸਾਬਕਾ ਫੌਜੀ ਮੌਜੂਦ ਨੇ ਸਰ ਕੀ ਕਹਿਣਾ ਚਾਹੋਗੇ ਤੁਹਾਡੇ ਪਿੰਡ ਦਾ ਜਿਹੜਾ ਨੌਜਵਾਨ ਮੁੰਡਾ ਸ਼ਹੀਦ ਹੋਇਆ ਇਹ ਬਹੁਤ ਮੰਦਭਾਗੀ ਘਟਨਾ ਹੋਈ ਆ ਜੋ ਵੀ ਹੋਈ ਆ ਮਤਲਬ ਪਿੰਡ ਨੂੰ ਬਹੁਤ ਇਸ ਚੀਜ਼ ਦਾ ਅਫਸੋਸ ਆ ਬਾਕੀ ਸਾਡਾ ਗਰੀਬ ਪਰਿਵਾਰ ਹੋਣ ਦੇ ਨਾਤੇ ਸਭ ਪਿੰਡ ਵਾਲਿਆਂ ਨੂੰ ਵੀ ਪਤਾ ਵੀ ਇਹ ਪਰਿਵਾਰ ਦਾ ਆਰਥਿਕ ਸਥਿਤੀ ਕੀ ਸੀਗੀ ਉਸ ਦੇ ਹਿਸਾਬ ਨਾਲ ਅਸੀਂ ਤਾਂ ਸਰਕਾਰਾਂ ਨੂੰ ਇਹੀ ਬੇਨਤੀ ਕਰਦੇ ਹਾਂ ਵੀ ਅਸੀਂ ਵੀ ਫੌਜ ਦੇ ਵਿੱਚ ਸੇਵਾ ਕਰਕੇ ਆਏ ਹਾਂ ਅਤੇ ਇਹ ਵੀ ਜਵਾਨ ਸੇਵਾ ਕਰਨ ਗਿਆ ਸੀ ਅਤੇ ਆਰਥਿਕ ਸਥਿਤੀ ਨੂੰ ਦੇਖਦੇ ਹੋਏ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਬਾਕੀ ਅਗਨੀਵੀਰ ਬਾਰੇ ਫਿਰ ਕਹਿੰਦੇ ਹਾਂ ਵੀ ਸੈਂਟਰ ਗੌਰਮੈਂਟ ਨੇ ਜੋ ਅਗਨੀਵੀਰ ਦੀ ਸਕੀਮ ਕਾਨੂੰਨ ਲਾਗੂ ਕਰਿਆ ਅਸੀਂ ਤਾਂ ਇਹੀ ਬੇਨਤੀ ਕਰਦੇ ਹਾਂ ਵੀ ਉਹਦੇ 'ਤੇ ਮੁੜ ਵਿਚਾਰ ਕਰਕੇ ਕੋਈ ਨਵਾਂ ਸੰਗਿਆਨ ਲੈ ਕੇ ਇਹਨਾਂ ਜਵਾਨਾਂ ਨੂੰ ਤੋਹਫੇ ਦੇ ਤੌਰ 'ਤੇ ਦੇਵੇ ਫੌਜੀ ਤਾਂ ਫੌਜੀ ਹੁੰਦਾ ਹੈ ਜੀ ਕਹਿੰਦੇ ਨੇ ਵੀ ਫੌਜੀਆਂ ਦੇ ਵਿੱਚ ਵੀ ਕਹਿੰਦੇ ਵੀ ਪਾਰਟੀਸ਼ਨ ਕਰਤੀ ਭੇਦਭਾਵ ਕਿਉਂ ਕੀਤਾ ਜਾ ਰਿਹਾ ਅਗਨੀਵੀਰ ਫੌਜੀਆਂ ਲਈ ਇੱਕ ਅਲੱਗ ਨਿਯਮ ਨੇ ਅਤੇ ਤੁਹਾਡੇ ਲਈ ਅਲੱਗ ਸੀਗੇ ਅਤੇ ਕਿਵੇਂ ਦੇਖਦੇ ਹੋ ਕੀ ਕਹਿਣਾ ਚਾਹੋਗੇ ਵੀ ਅਗਨੀਵੀਰ ਫੌਜੀਆਂ ਦੇ ਲਈ ਅਸੀਂ ਨੌਜਵਾਨਾਂ ਨਾਲ ਗੱਲਬਾਤ ਕਰ ਰਹੇ ਸੀ ਉਹਨਾਂ ਦਾ ਸਾਫ਼ ਸਾਫ਼ ਕਹਿਣਾ ਵੀ ਹੁਣ ਅਸੀਂ ਆਰਮੀ ਦੇ ਵਿੱਚ ਜਾਣਾ ਹੀ ਨਹੀਂ ਚਾਹੇ ਉਹ ਅਗਨੀਵੀਰ ਹੈ ਚਾਹੇ ਆਪਣੀ ਰੈਗੂਲਰ ਜਨਰਲ ਡਿਊਟੀ ਵਾਲੇ ਕਹਿ ਲਈਏ ਇਹ ਨੌਜਵਾਨਾਂ ਨੂੰ ਧੱਕਾ ਹੀ ਇੱਕ ਤਰ੍ਹਾਂ ਦਾ ਜੀ ਜਿਹੜਾ 4 ਸਾਲ ਦੀ ਅਗਨੀ 4 ਸਾਲ ਦੀ
करके ड्यूटी आवणगे उदू बाद की करनगे की नहीं करनगे। हरेक बंदा आस नाल जांदा किसे नाल भी असीं कुछ करिए आपदे परिवार नूं कि नहीं। इन्हां परिवार नूं भी आस बज्जी सी छे भैणां ने भी मैं आपदे परिवार लई कुछ करूँगा, पर उह सारा कुछ विच ही रहि गिआ कि नहीं। ना सरकारां कम सारा लैंदियां ने, कहिंदे वी शहीद दा दर्द नहीं देणा अग्निवीर नूं। अग्निवीर जो वर्दी पा ली अपने देश दी तां उहनूं उहदा बणदा हक मिलणा चाहीदा, जिहड़ा माण सन्मान उहदा होणा चाहीदा, वी हां उहनूं शहीद दा दर्जा मिलणा चाहीदा। कि आर्मी दे विच वी ऐं देखिआ जांदा वी शहीद किनू देना दर्जा किनू नहीं देना चाहिए, देश दे लई कुरबान होण वाला हर बंदा शहीद है। हाँ जी, हरेक बंदा शहीद है जिहड़ा देश लई कुरबान हुंदा। ये जिहड़े अग्निवीर ने ये ड्यूटी तो कर ही रहे हैं बार्डर ते कि नहीं, जां तां फिर इन्हां नूं बार्डर ते ना भेजो, इहो जी खतरनाक एरिया ना भेजो भी जिथे ओह आ, जां भर्तियां ना करो इहो जिहियां। जे भर्तियां करनियां ने तां इन्हां नूं प्रोपर सारियां चीज़ां लागू होनियां चाहीदियां ने। किते ना किते ये नहीं लग रहा भी अग्निवीर फौजियां नूं वरत्या जा रहा जी? ये वरतना ही है, होर की कहेंगे इहनूं आपां। ਜਿਹੜੇ ਆਪਣੇ ਪੰਜਾਬ ਦੇ ਜਵਾਨ ਨੇ ਜਾਂ ਹੋਰ ਬਾਹਰ ਦੇ ਨੇ ਅਗਨੀਵੀਰ ਨੇ, ਇਹ ਵਰਤੀ ਜਾ ਰਹੇ ਨੇ, ਹੋਰ ਕੁਛ ਨਹੀਂ ਹੋ ਰਿਹਾ। 4 ਸਾਲ ਵਾਸਤੇ ਕਿ ਨਹੀਂ ਇਹਨਾਂ ਦੀ ਜ਼ਿੰਦਗੀ ਨਾਲ ਖਿਲਵਾੜ ਹੀ ਹੋ ਰਿਹਾ, ਹੋਰ ਕੁਛ ਨਹੀਂ ਹੋਇਆ। ਪਰਿਵਾਰਾਂ ਨੂੰ ਪਿੱਛੇ ਧੱਕਾ ਹੁਣ, ਮਤਲਬ ਇਹ ਪਰਿਵਾਰ ਦਾ ਕੌਣ ਸਹਾਰਾ? ਕੋਈ ਸਹਾਰਾ ਨਹੀਂ ਗਾ, ਇਹੀ ਸਹਾਰਾ ਸੀਗਾ ਉਹ ਪਰਮਾਤਮਾ ਨੇ ਖੋਲਿਆ। ਪਰ ਜਿਹੜਾ ਹੁਣ ਉਹਨੂੰ ਬਣਦਾ ਹੱਕ ਆ ਉਹਦਾ, ਸ਼ਹੀਦ ਦਾ ਦਰਜਾ ਉਹਨੂੰ ਮਿਲਣਾ ਚਾਹੀਦਾ, ਪਰਿਵਾਰ ਦੀ ਮਦਦ ਕਰਨੀ ਚਾਹੀਦੀ, ਸਰਕਾਰਾਂ ਨੂੰ ਇਹਨਾਂ ਦੀ ਬਾਂਹ ਫੜਨੀ ਚਾਹੀਦੀ ਆ, ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਮਿਲਣੀ ਚਾਹੀਦੀ ਜਿਹੜੀ ਗੁੜੀਆ ਨਹੀਂ ਪੜ੍ਹਦੀ ਹੈ, ਠੀਕ ਆ। ਬਾਕੀ ਹੁਣ ਤੁਹਾਨੂੰ ਪਤਾ ਹੀ ਆ ਵੀ ਕੋਈ ਹੋਰ ਸਾਧਨ ਤਾਂ ਹੈ ਨਹੀਂ ਕਮਾਈ ਦਾ ਇਹਨਾਂ ਦਾ, ਮਿਹਨਤ ਮਜ਼ਦੂਰੀ ਵਾਲੇ ਬੰਦੇ, ਗਰੀਬ ਬੰਦੇ ਨੇ। ਅਤੇ ਸਾਡੇ ਨਾਲ ਇੱਕ ਹੋਰ ਵੀਰ ਮੌਜੂਦ ਨੇ। ਵੀਰ, ਕੀ ਲੱਗਦਾ ਵੀ ਮਤਲਬ 4 ਸਾਲ ਦੇ ਲਈ ਫੌਜੀ ਬਣਾ ਕੇ ਜੰਗ ਦੇ ਮੈਦਾਨ ਦੇ ਵਿੱਚ ਭੇਜ ਦੇਣਾ, ਬਾਰਡਰਾਂ ਦੇ ਉੱਤੇ ਡਿਊਟੀ ਤੈਨਾਤ ਕਰ ਦੇਣੀ, ਕਿਵੇਂ ਲੱਗਦਾ ਵੀ ਸੈਂਟਰ ਸਰਕਾਰ ਦੇ ਵੱਲੋਂ ਕੀ ਇਹਨਾਂ ਅਗਰੀ ਵੀਰ ਫੌਜੀਆਂ ਨੂੰ ਵਰਤਿਆ ਜਾ ਰਿਹਾ ਜੀ? ਇਹ ਵਰਤੇ ਹੀ ਜਾ ਰਿਹਾ ਜੀ, ਹੋਰ ਕੀ ਆ। ਬੱਚਿਆਂ ਬਾਰੇ ਕੋਈ ਨਹੀਂ, ਇਹਦੇ ਬਾਰੇ ਕੋਈ ਨਵੀਂ ਪਨੀਰੀ ਆ ਜਿਹੜੀ ਅੱਗੇ ਚਾਓ ਨਾਲ ਜਾਂਦੇ ਸੀ ਫੌਜ 'ਚ, ਹੁਣ ਮਜਬੂਰੀ ਦੇ ਕਾਰਨ ਜਾਂਦੇ ਆ। ਉਹਨਾਂ ਦਾ ਕੋਈ ਜ਼ਿਆਦਾ ਨੂੰ ਕੋਈ ਸ਼ਹੀਦੀ ਦਰਜਾ ਜਾਂ ਕੋਈ ਉਹਨਾਂ ਦਾ ਸਨਮਾਨ ਜਿਹੜਾ ਉਹਨਾਂ ਨੂੰ ਮਿਲਣਾ ਚਾਹੀਦਾ ਉਹ ਨਹੀਂ ਮਿਲ ਰਿਹਾ। ਇਹ ਗਲਤ ਆ, ਇਹ ਕਾਨੂੰਨ ਵੈਸੇ ਸਰਕਾਰ ਨੂੰ ਸੋਚਣਾ ਚਾਹੀਦਾ, ਇਹ ਕਾਨੂੰਨ ਹੀ ਵਾਪਸ ਲੈਣਾ ਚਾਹੀਦਾ ਜਿਹੜਾ ਫੌਜੀਆਂ ਬਾਰੇ ਬਣਾਇਆ ਹੈ। ਗਰੀਬ ਪਰਿਵਾਰ ਦੇ ਵਿੱਚੋਂ ਉੱਠ ਕੇ ਕਹਿੰਦੇ ਅਜੇ ਸਿੰਘ ਗਿਆ ਸੀ ਆਪਣੇ ਘਰ ਵਾਲਿਆਂ ਦੇ ਅਤੇ ਆਪਣੇ ਸੁਪਨੇ ਪੂਰੇ ਕਰਨ, ਨਿੱਕੀ ਜਿਹੀ ਉਮਰ ਦੇ ਵਿੱਚ ਸ਼ਹਾਦਤ ਦਾ ਜਿਹੜਾ ਜਾਮ ਪੀ ਲੈਂਦਾ ਉਹ, ਅਤੇ ਉਸ ਤੋਂ ਬਾਅਦ ਸਰਕਾਰ ਤੁਹਾਨੂੰ ਲੱਗਦਾ ਵੀ ਹੁਣ ਬਾਂਹ ਫੜੇਗੀ ਇਸ ਪਰਿਵਾਰ ਦੀ? ਆਸ ਤਾਂ ਕਰਦੇ ਹਾਂ ਜੀ ਵੀ ਫੜਨੀ ਚਾਹੀਦੀ ਹੈ ਸਰਕਾਰ ਨੂੰ, ਪੰਜਾਬ ਸਰਕਾਰ ਤਾਂ ਕਰ ਰਹੀ ਆ ਜਿੰਨਾ ਕੁ ਉਹਨਾਂ ਤੋਂ ਹੋ ਸਕਦਾ ਆ, ਸੈਂਟਰ ਗੌਰਮੈਂਟ ਨੂੰ ਵੀ ਕਰਨਾ ਚਾਹੀਦਾ ਆ, ਅਤੇ ਵੀ ਅਸੀਂ ਵੀ ਇਹੀ ਆਸ ਕਰਦੇ ਹਾਂ ਵੀ ਇਹ ਪਰਿਵਾਰ ਦਾ ਕੋਈ ਨੌਕਰੀ ਹੋਣੀ ਚਾਹੀਦੀ, ਇਹਨਾਂ ਨੂੰ ਬੱਚਿਆਂ ਨੂੰ ਮਿਲਣੀ ਚਾਹੀਦੀ ਜਿਹੜੀਆਂ ਧੀਆਂ ਨੇ ਮਗਰ ਕੁੜੀਆਂ ਨੇ, ਹੈ ਨਾ। ਅਤੇ ਬਾਕੀ ਮਾਂ ਪਿਓ ਦਾ ਵੀ ਪੈਨਸ਼ਨ ਦਾ ਕੋਈ ਸਾਧਨ ਹੋਣਾ ਚਾਹੀਦਾ, ਉਹਨਾਂ ਦਾ ਵਡੇਪਾ ਰੁਲ ਜੂਗਾ। ਇਸ ਬੱਚੇ 'ਤੇ ਆਸ ਸੀ ਇਹਨਾਂ ਨੂੰ, ਜੇ ਹੁਣ ਬੱਚਾ ਹੀ ਨਹੀਂ ਰਿਹਾ ਫਿਰ ਉਹਨਾਂ ਦਾ ਆਸ ਦਾ ਵੀ ਕੋਈ ਸਹਾਰਾ ਰਿਹਾ ਨਹੀਂ। ਇਸ ਕਰਕੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਇਹਨਾਂ ਦੀ ਪਰਿਵਾਰ ਦੀ ਕੋਈ ਨਾ ਕੋਈ ਬਾਂਹ ਫੜੇ। ਕਿਤੇ ਨਾ ਕਿਤੇ ਨੌਜਵਾਨਾਂ ਦੇ ਵਿੱਚ ਹੈ ਜਿਹੜਾ ਸਰਕਾਰਾਂ ਪ੍ਰਤੀ ਵੀ ਗੁੱਸਾ ਹੈ, ਕਿਉਂਕਿ ਸਾਫ਼ ਸਾਫ਼ ਕਿਹਾ ਜਾ ਰਿਹਾ ਨੌਜਵਾਨਾਂ ਦੇ ਵੱਲੋਂ ਕਿ ਅਗਨੀਵੀਰ ਦੇ ਵਿੱਚ ਸਿਰਫ ਪੰਜਾਬੀਆਂ ਨੂੰ ਜਾਂ ਕਹਿ ਲਈਏ ਵੀ ਜਿਹੜੇ ਅਗਨੀਵੀਰ ਫੌਜੀ ਨੇ ਉਹਨਾਂ ਨੂੰ ਸਿਰਫ ਵਰਤਿਆ ਜਾ ਰਿਹਾ, ਕੋਈ ਸਰਕਾਰੀ ਸਹੂਲਤ ਨਹੀਂ ਦਿੱਤੀ ਜਾਂਦੀ ਉਹਨਾਂ ਨੂੰ, ਅਤੇ ਕੋਈ ਉਹਨਾਂ ਨੂੰ ਕੋਈ ਮਾਣ ਭੱਤਾ ਸਨਮਾਨ ਰਾਸ਼ੀ ਹੈ ਜਿਹੜਾ ਸ਼ਹੀਦ ਹੋਣ 'ਤੇ ਸੈਂਟਰ ਸਰਕਾਰ ਦੇ ਵੱਲੋਂ ਨਹੀਂ ਐਲਾਨਿਆ ਜਾਂਦਾ। ਸਾਡੇ ਨਾਲ ਗੱਲਬਾਤ ਕਰਨ ਲਈ ਅਜੇਵੀਰ ਸਿੰਘ ਦੇ ਫਾਦਰ ਸਾਹਿਬ ਚਰਨਜੀਤ ਸਿੰਘ ਜੀ ਮੌਜੂਦ ਨੇ। ਸਰ, ਖਬਰ ਮਿਲਦੀ ਹੈ ਕਿ ਵੀਰਵਾਰ ਦੀ ਸਵੇਰ ਜਿਹੜਾ ਅਜੇ ਸਿੰਘ ਹੈ ਸ਼ਹੀਦੀ ਪਾ ਜਾਂਦੇ ਨੇ, ਅਤੇ ਪਿੰਡ ਦੇ ਵਿੱਚ ਪੂਰਾ ਜਿਹੜਾ ਮਾਤਮ ਦਾ ਮਾਹੌਲ ਛਾ ਗਿਆ, ਅਤੇ ਤੁਸੀਂ ਕੀ ਕਹਿਣਾ ਚਾਹੋਗੇ? ਅਸੀਂ ਇਹੀ ਚਾਹੁੰਦੇ ਹਾਂ ਪ੍ਰਸ਼ਾਸਨ ਨੂੰ ਵੀ ਬੜੇ ਦੁੱਖ ਦੀ ਘਟਨਾ, ਪਰਿਵਾਰ ਨੂੰ ਵੀ, ਸਾਰੇ ਪਿੰਡ ਵਾਸੀਆਂ, ਨਗਰ ਖੇੜੇ ਨੂੰ ਵੀ, ਜੋ ਵੀ ਮੇਰੇ ਸਕੇ ਸੰਬੰਧੀ ਆ। ਦੂਸਰੀ ਗੱਲ, ਕਿਉਂਕਿ ਮੇਰੀਆਂ 6 ਬੇਟੀਆਂ, ਇੱਕੋ ਬੇਟਾ ਸੀਗਾ, 4 ਸ਼ਾਦੀ ਕਰ ਚੁੱਕਿਆ ਗਰੀਬੀ ਦਾਵੇ, 2 ਹਾਲੇ ਬੇਟੀਆਂ ਰਹਿੰਦੀਆਂ, 1 BA ਫਾਈਨਲ 'ਚ ਪੜ ਰਹੀ ਆ, ਉਹਨੂੰ ਕੋਈ ਸਹੂਲਤ ਜਾਂ ਸਰਕਾਰੀ ਨੌਕਰੀ ਮਿਲਣੀ ਚਾਹੀਦੀ ਆ। ਮੇਰੇ ਬੁਢਾਪੇ ਦਾ ਸਾਰਾ ਕੋਈ ਪੈਨਸ਼ਨ ਲੱਗਣੀ ਚਾਹੀਦੀ ਆ ਪੰਜਾਬ ਸਰਕਾਰ ਵੱਲੋਂ, ਗੌਰਮੈਂਟ ਸਰਕਾਰ ਵੱਲੋਂ, ਪਿੰਡ ਵੱਲੋਂ, ਅਤੇ ਮੁੱਖ ਮੰਤਰੀ ਪੰਜਾਬ ਵੱਲੋਂ। ਹਾਂਜੀ, ਮਾਰਚ 'ਤੇ ਜਿੰਨੀ ਵੀ ਹੋ ਸਕੇ ਮੇਰੀ ਹੈਲਪ ਕਰਨ। ਗਰੀਬ ਪਰਿਵਾਰ ਮੇਰਾ, ਘਰ ਮਕਾਨ ਮੇਰੇ ਡਿੱਗਣ ਵਾਲੇ ਆ, ਬਾਥਰੂਮ ਡਿੱਗਦੇ ਟੁੱਗਦੇ ਫਿਰਦੇ ਆ। ਹਾਂਜੀ, ਸੋਚਿਆ ਕਿ ਅਸੀਂ ਬਣ ਕੇ ਗਿਆ। ਹਾਂਜੀ, ਬਾਕੀ ਤੁਸੀਂ ਮੇਰੀ ਖਬਰ ਗਾਹਾਂ ਤੱਕ ਪਹੁੰਚਾਉਣੀ ਹੈ। ਇੱਕ ਛੋਟੇ ਜਿਹੇ ਮਕਾਨ ਦੇ ਵਿੱਚੋਂ ਵੱਡੇ ਵੱਡੇ ਸੁਪਨੇ ਲੈ ਕੇ
अग्निवीर फौज है जी ज्वाइन की अजय सिंह ने तो की गल्लां बातां हुंदियां सी परिवार दे विच घर की गरीबी नूं जिहड़ा दूर करन दे लई घर की गरीबी नूं मुख रखदे होए पढ़ लिख के दिहाड़ी दुपहर मजदूरी करी उस बाद कहिंदा मैं अग्निवीर की फौज की भर्ती आई आ ये चांस देख लैंदे आ ਵੀ ਆਪਾਂ ਨੂੰ ਕੋਈ ਗੌਰਮੈਂਟ ਦੀ ਸਹੂਲਤ ਨੌਕਰੀ ਮਿਲ ਜਾਵੇ ਤਾਂ ਆਪਣੀ ਗਰੀਬੀ ਮਾੜੀ ਮੋਟੀ ਭੈਣਾਂ ਮੇਰੀਆਂ ਉਹਨਾਂ ਦਾ ਕੋਈ ਪਾਲਣ ਪੋਸ਼ਣ ਸਹੀ ਢੰਗ ਨਾਲ ਹੋਜੂ ਵੀ ਤੁਹਾਡਾ ਬੁਢਾਪੇ ਦਾ ਸਹਾਰਾ ਵੀ ਸੈੱਟ ਹੋ ਜੂਗਾ ਸਹੀ ਢੰਗ ਨਾਲ ਗੁਜ਼ਾਰਾ ਕਰ ਸਕੂਗੇ ਹਾਂਜੀ ਇਹੀ ਮੈਂ ਗੱਲਾਂ ਬਾਤਾਂ ਕਰਦਾ ਹੁੰਦਾ ਸੀ ਮੈਂ ਕਿਹਾ ਚਲੋ ਕੋਈ ਨਾ ਬੇਟਾ ਤੇਰੀ ਜਿੱਦਾਂ ਅੱਸੀ ਆ ਹਿੱਸਾ ਆ ਜੋ ਵੀ ਤੇਰੇ ਮਨ ਆ ਕਰ ਲਾਵੇ ਬਹੁਤ ਮੇਰਾ ਹੁਣ ਹਰ ਬੱਚਾ ਲਾਇਕ ਸੀ ਹਾਂਜੀ ਪਿੰਡ ਦੇ ਵਿੱਚ ਕਿੱਦਾਂ ਦਾ ਸੁਭਾਅ ਸੀ ਕਿਉਂਕਿ ਪਿੰਡ ਵਾਸੀਆਂ ਦਾ ਕਹਿਣਾ ਵੀ ਬੜੇ ਨਿੱਘੇ ਸੁਭਾਅ ਦਾ ਸੀ ਨਾ ਮਤਲਬ ਕਿਸੇ ਨੂੰ ਮੰਦਾ ਚੰਗਾ ਕਦੇ ਬੋਲ ਬੋਲਿਆ ਤੇ ਕੰਮ ਤੱਕ ਮਤਲਬ ਗਰਾਊਂਡ ਜਾਣਾ ਗਰਾਊਂਡ 'ਚੋਂ ਘਰ ਘਰ ਅੰਦਰ ਬਹਿ ਜਾਣਾ ਯਾਰਾਂ ਮਿੱਤਰਾਂ ਨਾਲ ਮਾੜਾ ਮੋਟਾ ਚਲੋ ਬੈਠ ਲੈਣਾ 10 ਮਿੰਟ ਨਾ ਜਿਹੜੇ ਲਾਇਕ ਸੀ ਉਹਨੂੰ ਸਹੀ ਲੱਗਦੇ ਸੀ ਮਾੜੀ ਸੰਗਤ ਨਹੀਂ ਸੀ ਕਰਦਾ ਕੋਈ ਨਸ਼ੇੜੀ ਨਾ ਕੋਈ ਦਾਰੂ ਨਾ ਬੀੜੀ ਨਾ ਅੱਧਾ ਕੁਛ ਨਹੀਂ ਸੀ ਕਹਿੰਦਾ ਹਾਂਜੀ ਛੁੱਟੀ ਕੱਟਣ ਆਇਆ ਸੀ ਕਹਿੰਦੇ ਬੜਾ ਖੁਸ਼ ਸੀ ਉਸ ਵੇਲੇ ਅਤੇ ਆਪਣੀਆਂ ਪ੍ਰਾਪਤੀਆਂ ਦੱਸ ਰਿਹਾ ਸੀ ਅਤੇ ਆਰਮੀ ਦੇ ਵਿੱਚ ਕੀ ਹੁੰਦਾ ਕੀ ਨਹੀਂ ਹੁੰਦਾ ਨੌਜਵਾਨਾਂ ਨੂੰ ਪ੍ਰੇਰਿਤ ਕਰ ਰਿਹਾ ਸੀ ਆਰਮੀ ਦੇ ਵਿੱਚ ਜਾਣ ਲਈ ਅਤੇ ਦੱਸਦਾ ਵੀ ਬੱਚਿਆਂ ਨੂੰ ਨੌਜਵਾਨ ਸਾਥੀਆਂ ਨੇ ਵੀ ਆਹ ਕੰਮ ਕਰਨੇ ਪੈਂਦੇ ਉੱਥੇ ਹਾਂਜੀ ਆ ਕੇ ਬਸ ਘੁੰਮਿਆ ਫਿਰਿਆ ਜਿੱਥੇ ਜਿੱਥੇ ਜੋ ਵੀ ਮੱਥਾ ਟੇਕਣਾ ਕਿ ਜਗ੍ਹਾ 'ਤੇ ਜਾਣਾ ਜਾਂ ਗੁਰਦੁਆਰੇ ਜਾਣਾ ਗੁਰਦੁਆਰੇ ਦਾ ਸ਼ੌਂਕ ਸੀ ਇਹਨੂੰ ਜਾਣ ਦਾ ਮੱਥਾ ਟੇਕਣਾ ਸੰਗਰਾਂਦ ਨੂੰ ਹੈ ਜੀ ਉਹਦੀ ਮਾਂ ਵੀ ਸੁਬਾਹ ਉੱਠ ਕੇ ਜਾਂਦੀ ਆ ਕਦੇ ਭਾਵਾਂ ਰੁਕ ਜਾਂਦੇ ਉਹਨੇ ਗੁਰਦੁਆਰੇ ਜਾਣਾ ਮੈਂ ਕਹਿੰਦਾ ਸੀ ਆਪਣੇ ਬੱਚੇ ਲਈ ਅਰਦਾਸ ਨਾ ਮੰਗੀ ਤੂੰ ਸਰਬੱਤ ਦਾ ਭਲਾ ਮੰਗੀ ਤੇਰਾ ਤਾਂ ਆਪੇ ਹੀ ਹੋ ਜਾਣਾ ਕਹਿੰਦੀ ਮੈਂ ਸਰਬੱਤ ਦਾ ਭਲਾ ਮੰਗਦੀ ਹਾਂ ਆਪਣਾ ਵੀ ਹੋ ਗਿਆ ਮੈਂ ਕਿਹਾ ਆਪਣੇ ਬੱਚੇ ਲਈ ਕੁਛ ਨਾ ਮੰਗੀ ਸਰਬੱਤ ਦਾ ਭਲਾ ਮੰਗੀ ਵੀ ਦੂਸਰੇ ਬੱਚਿਆਂ ਨੂੰ ਨੌਕਰੀ ਮਿਲੇ ਸਭ ਕੋਲ ਹੈ ਉਹਨਾਂ ਦੇ ਹਿੱਲੇ ਮੈਨੂੰ ਤਾਂ ਵੀ ਭਲਾ ਹੋ ਜੂਗਾ ਇਹ ਮੈਂ ਉਹਨੂੰ ਸਿੱਖਿਆ ਦਿੰਦਾ ਸੀ ਕਹਿੰਦੇ ਇਹੀ ਕਰਕੇ ਆਉਂਦੀ ਅਰਦਾਸ ਵੀ ਸਰਬੱਤ ਦਾ ਭਲਾ ਕਰੀ ਮੈਂ ਕਿਹਾ ਉਹ ਸਰਬੱਤ ਦੇ ਭਲੇ ਵਿੱਚ ਤੇਰਾ ਵੀ ਭਲਾ ਹੋ ਜਾਣਾ ਹਾਂਜੀ ਗੁਰੂ ਘਰ ਜਾਵਾਂਗੇ ਗੁਰੂ ਘਰੋਂ ਕੋਈ ਨਾ ਕੋਈ ਮਿਲੂਗਾ ਹਾਂਜੀ ਇਹੀ ਕਹਿੰਦਾ ਮੈਂ ਹੋਰ ਕੀ ਕਰ ਸਕਦਾ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਕਿਉਂਕਿ ਅਪੀਲ ਤਾਂ ਇਹੀ ਆ ਸਰਕਾਰ ਨੂੰ ਜੋ ਉਹਦਾ ਸ਼ਹੀਦ ਦਾ ਬਣਦਾ ਆ ਜੋ ਵੀ ਉਹਦੀ ਤਨਖਾਹ ਜਿੱਦਾਂ ਕੋਈ ਵੀ ਪੈਸਾ ਧੇਲਾ ਬਾਕੀ ਮਾਇਤ ਗੌਰਮੈਂਟ ਸੈਂਟਰ ਵੱਲੋਂ ਮੁੱਖ ਮੰਤਰੀ ਵੱਲੋਂ ਬੈਨੀਫਿਟ ਜੋ ਵੀ ਆ ਉਹ ਮਿਲਣਾ ਚਾਹੀਦਾ ਜਿੱਦਾਂ ਵੀ ਸ਼ਹੀਦ ਹੁੰਦੇ ਆ ਹਾਂ ਸ਼ਹੀਦ ਹੋਏ ਨੇ ਮੇਰਾ ਬੇਟਾ ਅਜੇ ਸਿੰਘ ਉਹਦਾ ਸਨਮਾਨ ਨਾਲ ਸਾਰਾ ਸੰਸਕਾਰ ਹੋਣਾ ਚਾਹੀਦਾ ਸਾਰੀ ਟੀਮ ਨਾਲ ਟੀਮ ਆਉਣੀ ਚਾਹੀਦੀ ਸਹੀ ਢੰਗ ਨਾਲ ਹੋਣਾ ਚਾਹੀਦਾ ਬਾਕੀ ਉਹਦਾ ਕਿਤੇ ਨਾ ਕਿਤੇ ਮਾੜਾ ਮੋਟਾ ਯਾਦ ਗਰੀਬ ਦਾ ਕੋਈ ਨਾ ਕੋਈ ਸੰਸਥਾ ਦੇ ਵਿੱਚ ਲਾਉਣਾ ਚਾਹੀਦਾ ਬੋਰਡ ਜਿੱਦਾਂ ਜਾਂ ਕੋਈ ਬੁੱਤ ਜਾਂ ਕੁਛ ਵੀ ਬੁਢਾਪੇ ਦੀ ਪੈਨਸ਼ਨ ਦਾ ਮੈਨੂੰ ਮਿਲਣਾ ਚਾਹੀਦਾ ਕੋਈ ਨਾ ਘਰ ਮਕਾਨ ਵੀ ਡਿੱਗਦੇ ਆ ਉਹਨਾਂ ਦਾ ਵੀ ਕੋਈ ਕਰ ਸਕੀ ਗੌਰਮੈਂਟ ਸਰਕਾਰ ਪੰਜਾਬ ਸਰਕਾਰ ਮਦਦ ਕਰੇ ਮੇਰੀ ਮਾਲੀ ਹਾਲ ਮੈਂ ਗਰੀਬ ਬੰਦਾ ਮਜ਼ਦੂਰੀ ਕਰਦਾ ਬੁਢਾਪਾ ਹੋ ਗਿਆ ਕੰਮ ਕਰਨ ਦੇ ਲਾਇਕ ਨਹੀਂ ਰਿਹਾ ਪਹਿਲਾਂ ਮਾੜਾ ਮੋਟਾ ਸੀ ਹੁਣ ਤਾਂ ਉਦੋਂ ਵੀ ਹੁਣ ਕਰਨਾ ਹੀ ਕੀ ਆ ਕਿਉਂਕਿ ਹੁਣ ਮੈਂ ਕਰ ਵੀ ਨਹੀਂ ਸਕਦਾ ਸਾਰੀ ਉਮਰ ਰੋਣਾ ਪੱਲੇ ਪਾ ਕੇ ਚਲਿਆ ਗਿਆ ਮੇਰੇ ਚਲੋ ਇਹ ਵੀ ਮੈਂ ਕਹਿੰਦਾ ਵੀ ਚਲੋ ਮੇਰਾ ਨੌਜਵਾਨ ਸ਼ਹੀਦ ਹੋਇਆ ਮੈਨੂੰ ਗਰਵ ਵੀ ਹੈਗਾ ਦੁੱਖ ਵੀ ਆ ਅਤੇ ਗਰਵ ਵੀ ਹੈਗਾ ਕਿਉਂਕਿ ਸ਼੍ਰੀ ਗੋਬਿੰਦ ਸਿੰਘ ਦੇ ਲਾਲ ਉਹਨੇ ਆਪਣਾ ਪਰਿਵਾਰ ਸਾਰਾ ਵੰਸ਼ ਵਾਰ ਤਾ ਮੈਂ ਕਹਿੰਦਾ ਮੇਰਾ ਤਾਂ ਇੱਕ ਬੇਟਾ ਸ਼ਹੀਦ ਹੋਇਆ ਉਹ ਵੀ ਕੁਰਬਾਨ ਹੀ ਹੋਇਆ ਗਬਰ ਕਰ ਆਪਣੇ ਬੇਟੇ ਦੇ ਮਾਣ ਸਾਰੇ ਪਿੰਡ ਨੂੰ ਮਾਣ ਸਾਰੇ ਨਗਰ ਨੂੰ ਮਾਣ ਸਕੇ ਸੰਬੰਧੀਆਂ ਨੂੰ ਮਾਣ ਹਾਂਜੀ ਹਾਂ ਇੰਨਾ ਕਹਿੰਦਾ ਹੋਇਆ ਮੈਂ ਹੋਰ ਕੀ ਕਰ ਸਕਦਾ ਅਤੇ ਸਰ ਕੀ ਕਹਿਣਾ ਚਾਹੋਗੇ ਇੱਕ ਨਿੱਕੀ ਜਿਹੀ ਉਮਰ ਦੇ ਵਿੱਚ ਅਜੇ ਸਿੰਘ ਜਿਹੜਾ ਸ਼ਹੀਦੀ ਪਾ ਗਿਆ ਮੈਂ ਤਾਂ ਮਾਣ ਕਰਦਾ ਅੱਜ ਕੱਲ੍ਹ ਸਾਡੇ ਪੰਜਾਬੀ ਜਿਹੜੇ ਨੌਜਵਾਨ ਨੇ ਕਿਹੜੇ ਪਾਸੇ ਲੱਗੇ ਹੋਏ ਨੇ ਅਤੇ ਇਹ ਜਿਹੜਾ ਬੇਟਾ ਸੀ ਬੜਾ ਹੋਣਹਾਰ ਸੀਗਾ ਇਹ ਆਰਮੀ ਦੇ ਵਿੱਚ ਵੀ ਤਾਂ ਹੀ ਭਰਤੀ ਹੋਇਆ ਜੇ ਇਹਨੇ ਮਿਹਨਤ ਕਰੀ
ਉੱਥੇ ਯੋਗਤਾ ਆਪਦੀ ਪੂਰੀ ਕਰੀ ਇਹਨੇ ਤਾਂ ਭਰਤੀ ਹੋਇਆ ਜੀ। ਹੁਣ ਵੀ ਮੈਂ ਤਾਂ ਪ੍ਰੇਜ ਕਰਦਾ ਇਹਦੇ ਪਿਤਾ ਜੀ ਦੀ, ਇਹ ਮਾਣ ਕਰ ਰਹੇ ਨੇ ਵੀ ਇਹ ਜਿਹੜਾ ਮੇਰਾ ਬੇਟਾ ਕੁਰਬਾਨ ਹੋਇਆ, ਦੇਸ਼ ਲਈ ਕੁਰਬਾਨ ਹੋਇਆ, ਅਤੇ ਉਹਦੇ ਵਿੱਚ ਜਿਹੜੀ ਸਾਡੀ ਪੰਜਾਬ ਸਰਕਾਰ ਆ, ਭਾਰਤ ਸਰਕਾਰ ਆ, ਇਹ ਇਹਨਾਂ ਦੀ ਜਿਹੜੀ ਭੈਣ ਆ ਉਹਦੀ ਬੇਟੇ ਦੀ, ਜਿਹਦੇ ਉਹ ਸੁਪਨੇ ਲੈ ਰਿਹਾ ਸੀ ਵੀ ਮੈਂ ਇਹਨੂੰ ਐਂ ਪੜ੍ਹਾਊਂਗਾ ਐਂ ਵਿਆਹੂੰਗਾ, ਉਹ ਮੰਨ ਲਓ ਉਹਨੂੰ ਨੌਕਰੀ ਮਿਲਣੀ ਚਾਹੀਦੀ ਆ। ਆ ਸਾਹਮਣੇ ਛੋਟਾ ਜਿਹਾ ਮਕਾਨ ਦੇਖ ਰਹੇ ਹੋ ਤੁਸੀਂ, ਤੁਸੀਂ ਉੱਥੇ ਵੀ ਇਹਦੀ ਜਿਹੜੀ ਲੈ ਲਿਓ ਇਹ ਮਕਾਨ। ਮੈਂ ਤਾਂ ਕਹੂੰਗਾ ਵੀ ਮੁੜ ਕੇ ਫਾਈਲਾਂ 'ਚ ਹੀ ਰੁਲ ਜਾਂਦੀ ਆ। ਹੁਣੀ ਸਾਡੀ ਜਿਹੜੀ ਗ੍ਰਾਮ ਪੰਚਾਇਤ ਆ ਇਮੀਡੀਏਟ ਮਤਾ ਪਾ ਕੇ ਵੀਡੀਓ ਨੂੰ ਭੇਜਣ, ਵੀਡੀਓ DC ਤੋਂ ਰਿਕਮੈਂਡੇਸ਼ਨ ਕਰਾ ਕੇ ਇਹ ਤਾਂ ਮਤਲਬ ਸ਼ੁਰੂ ਕਰ ਦੇਣਾ ਚਾਹੀਦਾ ਹੁਣੀ। ਬਾਕੀ ਜਿਹੜੀ ਪੰਜਾਬ ਸਰਕਾਰ ਇਹਦੇ ਬੱਚੀ ਦੇ ਲਈ ਜਿਹੜੀ ਆ ਨੌਕਰੀ ਦੇਵੇ, BA ਫਾਈਨਲ ਹੋਣ ਵਾਲੀ ਆ ਜੀ। ਅਤੇ ਹੋਰ ਆ ਸਾਡੇ ਇਸ ਮੁਹੱਲੇ ਦੇ ਵਿੱਚ ਆ ਕੁੱਪ ਚੌਂਕ, ਜਿਹੜਾ ਆ ਪੁਲੀ ਆ ਕੁੱਪ ਚੌਂਕ ਦੇ ਉੱਤੇ, ਇਹਦੀ ਜਿਹੜੀ ਵਧੀਆ ਯਾਦਗਾਰ ਬਣਨੀ ਚਾਹੀਦੀ ਆ। ਅਤੇ ਅੱਜ ਹੋਰ ਵੀ ਸਾਡੇ ਬੱਚੇ ਪ੍ਰੇਰਿਤ ਹੋਣ ਦੇਖ ਕੇ, ਇਹ ਜਿਹੜੀ ਜਿਵੇਂ ਇਹਨਾਂ ਦੇ ਪਿਤਾ ਜੀ ਨੇ ਮੰਗ ਰੱਖੀ ਆ ਵੀ ਉਹਨਾਂ ਦਾ ਪੂਰਾ ਪੰਜਾਬ ਸਰਕਾਰ, ਭਾਰਤ ਸਰਕਾਰ ਵੱਲੋਂ ਪੂਰੇ ਮਾਣ ਸਨਮਾਨ ਦੇ ਨਾਲ ਅੰਤਿਮ ਸੰਸਕਾਰ ਹੋਣਾ ਚਾਹੀਦਾ ਜੀ। ਕਿਤੇ ਨਾ ਕਿਤੇ ਨਿੱਕੀ ਜਿਹੀ ਉਮਰ ਦੇ ਵਿੱਚ ਬਹੁਤ ਵੱਡੇ ਵੱਡੇ ਸੁਪਨੇ ਲੈ ਕੇ ਆਰਮੀ ਜੁਆਇਨ ਕੀਤੀ ਸੀ, ਪਰ ਦੇਖਿਆ ਜਾਵੇ ਸ਼ਹੀਦ ਤਾਂ ਸ਼ਹੀਦ ਹੀ ਹੁੰਦਾ ਹੈ, ਚਾਹੇ ਉਹ ਅਗਨੀਵੀਰ ਫੌਜੀ ਹੈ ਜਾਂ ਆਪਣੇ ਦੂਸਰੇ ਆਰਮੀ ਵਾਲੇ ਲਗਾ ਲਓ। ਪਰ ਸੈਂਟਰ ਸਰਕਾਰ ਦੇ ਵੱਲੋਂ ਜਿਹੜਾ ਅਗਨੀਵੀਰ ਫੌਜੀਆਂ ਦੇ ਲਈ ਉਹ ਦਰਜਾ, ਉਹ ਮਾਨ ਸਨਮਾਨ ਕਿਤੇ ਨਾ ਕਿਤੇ ਨਹੀਂ ਦਿੱਤਾ ਜਾ ਰਿਹਾ, ਕੀ ਕਹਿਣਾ ਚਾਹੋਗੇ? ਉਹ ਮੈਂ ਤਾਂ ਜੇ ਸੱਚ ਪੁੱਛਦੇ ਹੋ ਮੈਨੂੰ ਥੋੜ੍ਹੀ ਜਿਹੀ ਸੱਚ ਬੋਲਣ ਦੀ ਆਦਤ ਆ, ਜੇ ਸਾਡੀ ਪੰਜਾਬ ਸਰਕਾਰ ਨਿਕੰਮੀ ਆ ਤਾਂ ਹੀ ਇਹ ਭਾਰਤ ਸਰਕਾਰ ਦੇ ਵਿੱਚ ਬੱਚੇ ਉੱਥੇ ਜਾ ਰਹੇ ਨੇ। ਜੇ ਸਾਡੀ ਪੰਜਾਬ ਸਰਕਾਰ ਹੀ ਇਹ ਵਧੀਆ ਉਪਰਾਲੇ ਕਰੇ, ਸਰਕਾਰ ਕੀ ਨਹੀਂ ਕਰ ਸਕਦੀ ਮੰਨ ਲਓ। ਅਤੇ ਸਰਕਾਰ ਨੂੰ ਚਾਹੀਦਾ ਇਹੋ ਜਿਹੇ ਨੌਜਵਾਨੀ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਰੱਖਣ, ਉਹ ਇੱਥੇ ਉਹਨਾਂ ਨੂੰ ਨੌਕਰੀ ਦੇਣ, ਜਿਹੜੇ ਯੋਗ ਬੱਚੇ ਇਹੋ ਜਿਹੇ ਮਤਲਬ ਵਧੀਆ ਬੱਚੇ ਆ ਜੀ। ਇਹ ਮੇਰਾ ਕਹਿਣਾ ਜੀ, ਇਹ ਭਾਰਤ ਸਰਕਾਰ ਦੀ ਕੋਈ ਵਧੀਆ ਨੀਤੀ ਨਹੀਂ ਹੈ। ਨਿੱਘੇ ਸੁਭਾਅ ਦੇ ਹੋਣ ਦੇ ਨਾਲ ਨਾਲ ਕਿਤੇ ਨਾ ਕਿਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੇ ਨਾਲ ਨਾਲ ਆਰਮੀ ਜੁਆਇਨ ਕਰਨ ਦੀਆਂ ਕਹਿੰਦੇ ਸਲਾਹਾਂ ਵੀ ਬਹੁਤ ਦਿੰਦਾ ਸੀ। ਪਿਛਲੀ ਵਾਰੀ ਛੁੱਟੀ ਕੱਟ ਕੇ ਗਏ, ਉਹਦੇ ਕੁਝ ਦੋਸਤ ਮਿੱਤਰਾਂ ਦੇ ਨਾਲ ਆਫ ਕੈਮਰਾ ਗੱਲਬਾਤ ਹੋਈ, ਉਹਨਾਂ ਨੇ ਵੀ ਦੱਸਿਆ ਵੀ ਬੜੇ ਹੀ ਨਿੱਘੇ ਸੁਭਾਅ ਦਾ ਸੀ ਅਤੇ ਸਾਨੂੰ ਵੀ ਆਰਮੀ ਜੁਆਇਨ ਕਰਨ ਦੇ ਲਈ ਬੜਾ ਪ੍ਰੇਰਿਤ ਕੀਤਾ। ਕੀ ਲੱਗਦਾ ਤੁਹਾਨੂੰ ਵੀ ਹੁਣ ਉਹ ਨੌਜਵਾਨਾਂ ਦੇ ਉੱਤੇ ਇੱਕ ਚੰਗਾ ਸੁਨੇਹਾ ਜਾਏਗਾ ਜਾਂ ਚੰਗੀ ਇਮੇਜ ਜਾਏਗੀ, ਕਿਉਂਕਿ ਸੈਂਟਰ ਸਰਕਾਰ ਦੇ ਵੱਲੋਂ ਜਿਹੜਾ ਮਤਰੇਈ ਮਾਂ ਵਾਲਾ ਜਿਹੜਾ ਅਗਨੀਵੀਰ ਫੌਜੀਆਂ ਦੇ ਨਾਲ ਜਿਹੜਾ ਵਿਵਹਾਰ ਕੀਤਾ ਜਾ ਰਿਹਾ? ਦੇਖੋ ਆਰਮੀ ਤਾਂ ਆਰਮੀ ਹੀ ਆ, ਇਹ ਅਗਨੀ ਉਗਨੀ ਦੇ ਤਾਂ ਇਹ ਐਵੇਂ ਪੰਗੇਬਾਜ਼ੀਆਂ ਜੀ ਇਹਨਾਂ ਨੇ ਪਾਈਆਂ ਹੋਈਆਂ ਨੇ ਜੀ। ਇਹ ਮਤਲਬ ਵਧੀਆ ਇਹਦੀ ਭਾਰਤ ਸਰਕਾਰ ਦੀ ਨੀਤੀ ਨਹੀਂ ਹੈਗੀ, ਕਿਉਂਕਿ ਸਾਡੇ ਪੰਜਾਬ ਨਾਲ ਤਾਂ ਤੁਹਾਨੂੰ ਪਤਾ ਹੀ ਆ ਜਿਹੜੀ ਭਾਰਤ ਸਰਕਾਰ ਆ ਐਡਾ ਵਧੀਆ, ਉਹਨਾਂ ਨੂੰ ਪਤਾ ਵੀ ਪੰਜਾਬੀ ਇਹ ਜਿਹੜੇ ਨੌਜਵਾਨ ਆਰਮੀ ਦੇ ਵਿੱਚ ਭਰਤੀ ਹੁੰਦੇ ਨੇ, ਇਸੇ ਕਰਕੇ ਉਹਨਾਂ ਨੇ ਇਹ ਜਿਹੜਾ ਮਤਲਬ ਮਤਰੇਈ ਮਾਂ ਵਾਲਾ ਸਲੂਕ ਜਿਹੜਾ ਕਰ ਰਹੀ ਹੈ ਸਰਕਾਰ। ਇਹਨਾਂ ਨੂੰ ਮੈਂ ਤਾਂ ਜ਼ੋਰ ਦੇ ਕੇ ਕਹੂੰਗਾ ਵੀ ਇਹਨਾਂ ਨੂੰ ਬਾਕੀ ਆਰਮੀ ਦੀ ਤਰ੍ਹਾਂ ਹੀ, ਪਹਿਲਾਂ ਦੀ ਤਰ੍ਹਾਂ ਹੀ, ਜਿਵੇਂ ਹੁਣ ਪੰਜਾਬ ਸਰਕਾਰ ਨੇ ਪੈਨਸ਼ਨ ਬੰਦ ਕਰਦੇ ਪੈਨਸ਼ਨ ਰੈਗੂਲਰ ਲਾਉਣ ਦਾ ਜਿਹੜਾ ਬੀੜਾ ਚੁੱਕਿਆ ਹੋਇਆ, ਇਸ ਤਰ੍ਹਾਂ ਹੀ ਸਾਨੂੰ ਵੀ ਮਤਲਬ ਜਿਹੜੇ ਹੈਗੇ ਨੇ ਵੱਖ ਵੱਖ ਪਾਰਟੀਆਂ ਨੂੰ ਇਹ ਕਹਿਣਾ ਚਾਹੀਦਾ ਵੀ ਆਰਮੀ ਤਾਂ ਆਰਮੀਆਂ ਹੀ ਆ ਜੀ। ਜਿਵੇਂ ਹੁਣ ਨਸ਼ਾ ਤਾਂ ਨਸ਼ਾ ਹੀ ਆ ਜੀ, ਚਾਹੇ ਉਹ ਕਿੰਨੇ ਮੈਂ ਸੁਣਦਾ ਖੈਰ ਕਿ ਆ ਫਲਾਨਾ ਨਸ਼ਾ ਜੀ ਢਿੰਗ, ਨਸ਼ਾ ਤਾਂ ਨਸ਼ਾ ਹੀ ਆ। ਇਸੇ ਤਰ੍ਹਾਂ ਆਰਮੀ ਤਾਂ ਆਰਮੀਆਂ ਹੀ ਆ, ਆਰਮੀ ਦੀ ਤਰ੍ਹਾਂ ਉਹਨਾਂ ਦੇ ਰੈਗੂਲਰ ਜਿਹੜੇ ਉਹਨਾਂ ਨੂੰ ਫੌਜੀਆਂ ਨੂੰ ਮਿਲਦੇ ਨੇ, ਉਸ ਤਰ੍ਹਾਂ ਇਹਨਾਂ ਨੂੰ ਮਤਲਬ ਮਿਲਣੇ ਚਾਹੀਦੇ ਜੀ। ਬਹੁਤ ਬਹੁਤ ਸ਼ੁਕਰੀਆ। ਅਤੇ ਕਿਤੇ ਨਾ ਕਿਤੇ ਪਿੰਡ ਵਾਸੀਆਂ ਦੇ ਵਿੱਚ ਸ਼ੋਕ ਦੀ ਲਹਿਰ ਹੈ ਅਤੇ ਉਸ ਬੁੱਢੇ ਬਾਪ ਦੀਆਂ ਅੱਖਾਂ ਦੇ ਵਿੱਚੋਂ ਹੰਝੂ, ਥੋੜ੍ਹਾ ਫਖਰ ਵੀ ਮਾਣ ਮਹਿਸੂਸ ਹੋ ਰਿਹਾ ਹੈ ਅਤੇ ਕਿਤੇ ਨਾ ਕਿਤੇ ਉਹ ਦੁੱਖ ਵੀ ਜਿਹੜਾ ਅੱਖਾਂ ਦੇ ਰਾਹੀਂ ਝਲਕ ਰਿਹਾ ਹੈ। ਅਤੇ ਸਰਕਾਰ ਦੇ ਵੱਲੋਂ ਹੈ ਜਿਹੜਾ ਪੂਰੇ ਫੌਜੀ ਰੀਤੀ ਰਿਵਾਜ਼ਾਂ ਦੇ ਨਾਲ ਉਸ ਦਾ ਸੰਸਕਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਅਤੇ ਸੈਂਟਰ ਸਰਕਾਰ ਨੂੰ ਵੀ ਬੇਨਤੀ ਹੈ ਕਿ ਇਹਨਾਂ ਅਗਨੀਵੀਰ ਫੌਜੀਆਂ ਦੇ ਉੱਤੇ ਥੋੜ੍ਹਾ ਜਿਹਾ ਕਹਿ ਲਈਏ ਵੀ ਸੁਧਾਰ ਕਰਨ ਦੀ ਜ਼ਰੂਰਤ ਹੈ, ਉਹਨਾਂ ਨੂੰ ਬਣਦਾ ਮਾਨ ਸਨਮਾਨ ਦੇਣ ਦੀ ਅਪੀਲ ਕੀਤੀ ਗਈ।